ਹਾਂਜੀ ਵੀਰ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਵੀਰੇ, ਮੈਂ ਜਗਜੀਤ ਸਿੰਘ ਪਿੰਡ ਮਰਾਣੇ ਤੋਂ ਬੋਲਦਾ ਵਾਂ, ਜ਼ਿਲ੍ਹਾ ਤਰਨ ਤਾਰਨ। ਵੀਰੇ, ਆਪਾਂ ਪਿਛਲੇ ਦਿਨੀ ਇੱਕ ਸੇਵਾ ਸੁਸਾਇਟੀ ਸ਼ੁਰੂ ਕੀਤੀ ਸੀ ਬਾਬਾ ਰਤਨ ਦੇਵ ਜੀ ਦੇ ਨਾਂ 'ਤੇ, ਅਤੇ ਵੀਰ ਜੀ ਸੁਸਾਇਟੀ ਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਦਾਨੀ ਵੀਰਾਂ ਵੱਲੋਂ। ਅਤੇ ਵੀਰੇ, ਹੁਣ ਇੱਕ ਨਿੱਕੀ ਜਿਹੀ ਬੇਨਤੀ ਆ ਸਾਰੇ ਵੀਰਾਂ ਅੱਗੇ ਕਿ ਮਰਾਣੇ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਜੇ ਕਿਸੇ ਵੀ ਵੀਰ ਭਰਾ ਦੇ ਗੁਆਂਢ ਕੋਈ ਬਜ਼ੁਰਗ ਜੋੜਾ ਰਹਿੰਦਾ ਹੋਵੇ ਜੋ ਵਿਚਾਰਾ ਰੋਟੀ ਪਾਣੀ ਤੋਂ ਵੀ ਤੰਗ ਹੋਵੇ, ਅਤੇ ਸਾਨੂੰ ਵੀਰ ਜੀ ਜ਼ਰੂਰ ਦੱਸਿਓ। ਮੇਰਾ ਮੋਬਾਈਲ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤਾ ਵਾ, ਅਤੇ ਵੀਰ ਜੀ ਜੇ ਅਸੀਂ ਉਸ ਪਰਿਵਾਰ ਦੀ ਜਿੰਨੀ ਯੋਗੇ ਹੋਵਾਂਗੇ ਰਾਸ਼ਨ ਪਾਣੀ ਦੀ ਸੇਵਾ ਕਰਾਂਗੇ। ਅਤੇ ਵੀਰ ਜੀ ਜੇ ਮੇਰੀ ਗੱਲ ਕਿਸੇ ਵੀਰ ਨੂੰ ਵਧੀਆ ਲੱਗੇ ਤਾਂ ਵੀਰ ਜੀ ਪਲੀਜ਼ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਪਣੇ ਗੁਆਂਢ ਕੋਈ ਵੀ ਬਜ਼ੁਰਗ ਜੋੜਾ ਭੁੱਖਾ ਨਾ ਸੌਵੇ। ਠੀਕ ਹੈ ਵੀਰ ਜੀ? ਅਤੇ ਵੀਰ ਜੀ ਜੇ ਕਿਸੇ ਨੇ ਸਾਡੀ ਸੁਸਾਇਟੀ ਦੇ ਵਿੱਚ ਜੁੜਨਾ ਹੋਵੇ, ਸਾਡੀ ਸੁਸਾਇਟੀ ਬਾਬਾ ਰਤਨਦੇਵ ਸੁਸਾਇਟੀ ਮਰਾਣਾ, ਫੇਸਬੁੱਕ ਪੇਜ ਧੰਨ ਧੰਨ ਬਾਬਾ ਰਤਨਦੇਵ। ਅਤੇ ਵੀਰ ਜੀ ਜੇ ਕਿਸੇ ਨੇ ਜੁੜਨਾ ਹੋਵੇ, ਮੇਰਾ ਮੋਬਾਈਲ ਨੰਬਰ ਵੀ ਉੱਪਰ ਦਿੱਤਾ ਵਾ, ਅਤੇ ਮੈਨੂੰ ਕਾਲ ਕਰ ਸਕਦਾ ਵਾ। ਸਾਰੀ ਮੈਂ ਡਿਟੇਲ ਦੱਸ ਦਾਂਗਾ ਉਹਨਾਂ ਨੂੰ ਕਿ ਸੁਸਾਇਟੀ ਦੇ ਕੀ ਅਸੂਲ ਆ। ਅਤੇ ਵੀਰ ਜੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾ, ਗਰੀਬ ਦਾ, ਬਜ਼ੁਰਗ ਦਾ ਭਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਬੇਨਤੀ ਆ ਕਿ ਇਹ ਸਿਰਫ ਬਜ਼ੁਰਗਾਂ ਵਾਸਤੇ ਆ ਹਜੇ, ਕਿਉਂਕਿ ਸਾਡੀ ਸੁਸਾਇਟੀ ਹਜੇ ਨਵੀਂ ਆ। ਅਤੇ ਵੀਰ ਜੀ ਕੋਈ ਵੀ ਬਜ਼ੁਰਗ, ਚਾਹੇ ਉਹ ਰੋਟੀ ਤੋਂ ਤੰਗ ਹੋਵੇ, ਚਾਹੇ ਕੱਪੜੇ ਲੀੜੇ ਤੋਂ ਤੰਗ ਹੋਵੇ ਜਾਂ ਦਵਾਈ ਤੋਂ ਤੰਗ ਹੋਵੇ, ਸਾਨੂੰ ਵੀਰ ਜੀ ਇਸ ਬਾਰੇ ਜ਼ਰੂਰ ਦੱਸਿਓ। ਅਤੇ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ।